ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਚਲੋ ਜੀ, ਸ਼ਾਮ ਦੇ 5 ਵੱਜ ਗਏ, ਗਰਮੀ ਬਹੁਤ ਹੋਈ ਪਈ, ਪਤਾ ਨਹੀਂ ਅੱਜ ਨਾਲੇ ਤਾਂ ਬੱਦਲ ਹੋਏ ਪਏ ਨੇ, ਨਾਲੇ ਹੋਰ ਚਿਪ ਚਿਪ ਜਿਹੀ ਵਾਲੀ ਹੁੰਮਸ ਜਿਹੀ ਵਾਲੀ ਗਰਮੀ ਹੋਈ ਪਈ, ਨਾਲੇ ਹਵਾ ਬਹੁਤ ਚੱਲ ਰਹੀ ਹੈ, ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਿਆ ਹੁੰਦਾ ਗਰਮੀ ਨਾਲ। ਅਤੇ ਦਿਨ ਹੈਗਾ ਅੱਜ ਮੰਡੇ ਦਾ, ਅਤੇ ਪਿੰਦਰ ਖੇਡਣ ਵੱਗ ਗਿਆ, ਸਰਦਾਰ ਜੀ ਅੱਜ ਲੇਟ ਆਉਣਗੇ। ਅੱਜ ਸਾਰੇ ਕੰਮ ਦੀ ਜ਼ਿੰਮੇਵਾਰੀ ਮੇਰੀ ਹੈ, ਮੱਝਾਂ ਵੀ ਮੈਂ ਨਵਾਉਣੀਆਂ, ਕੱਖ ਵੀ ਮੈਂ ਪਾਉਣੇ, ਮੱਛਰਦਾਨੀ ਵੀ ਮੈਂ ਸਿੱਟਣੀ। ਹੁਣ ਮੈਂ 5 ਵਜੇ ਤੋਂ ਲੱਗੂੰਗੀ, ਪਹਿਲਾਂ ਮੈਂ ਰਸੋਈ ਦਾ ਕੰਮ ਨਿਬੇੜੂ, ਭਾਂਡੇ ਮਾਂਜੂ, ਫਿਰ ਮੈਂ ਮੱਝਾਂ ਕਣੀ ਜਾਊਂ। 6:15 ਵਜੇ ਮੈਂ ਸਾਰਾ ਮੱਝਾਂ ਦਾ ਨਿਬੇੜ ਕੇ ਉੱਧਰੋਂ ਨਹਾ ਕੇ ਫਿਰ ਆਊਂਗੀ ਇੱਧਰ। ਅਤੇ ਚਲੋ ਜੀ, ਹੁਣ ਮੈਂ ਕੂਲਰ ਲਾਇਆ ਜੀ, ਮੈਂ ਇੱਥੇ ਕੂਲਰ ਲਾ ਲੈਂਦੇ ਹਾਂ ਅਸੀਂ ਨਾ, ਇਹਦੇ ਨਾਲ ਨਾ ਇੱਥੋਂ ਇਹਦੇ ਵਿੱਚ ਵੱਜ ਕੇ ਅੰਦਰ ਤੱਕ ਹਵਾ ਜਾਂਦੀ ਹੈ ਰਸੋਈ ਦੇ ਵਿੱਚ। ਦੇਖੋ ਜੀ, ਇੱਧਰ ਭਾਂਡੇ ਭੂੰਡੇ ਸਾਰਾ, ਹੁਣ ਮੈਂ ਰਸੋਈ ਸਾਫ਼ ਕਰਦੀ ਹਾਂ। ਇੱਧਰ ਆਪਾਂ ਨੇ ਰਾਜਮਾਂਹ ਭਿਉਂਕੇ ਹੋਏ ਨੇ, ਅੱਜ ਮੇਰਾ ਜੀ ਜਮਾਂ ਹੀ ਬਸ ਦੂਜੀਆਂ ਸਬਜ਼ੀਆਂ ਤੋਂ ਅਸੀਂ ਕਦੇ ਨਹੀਂ ਸੁੱਕੀ ਦਾਲ ਕਰੀ, ਅਤੇ ਸਵੇਰੇ ਭਿਉਂਤੇ ਸੀ। ਮੈਂ ਇਹਨਾਂ ਨੂੰ ਅੱਗ ਮਚਾ ਕੇ ਚੁੱਲ੍ਹੇ 'ਤੇ ਰਿੱਝਣੇ ਧਰ ਦੂੰ, ਉਨੇ ਟਾਈਮ 'ਚ ਮੈਂ ਮੱਝਾਂ ਦਾ ਨਿਬੇੜ ਦੂੰਗੀ, ਫਿਰ ਮੈਂ ਬਸ ਇਹਨਾਂ ਨੂੰ ਆਪਾਂ ਮਸਾਲਾ ਕੁੱਟ ਕੇ ਤੜਕਾ ਲਾ ਲਾਂਗੇ। ਚਲੋ ਜੀ, ਇੱਧਰ ਆ ਰੇਹ ਵਾਲੀਆਂ ਬੋਰੀਆਂ ਸਰਦਾਰ ਜੀ ਧੋ ਲਿਆ, ਅਤੇ ਹਜੇ ਇਹ ਧਰਨੀਆਂ ਨੇ ਸਾਂਭ ਕੇ, ਕੰਮ ਬਹੁਤ ਨੇ ਅੱਜ। ਮੈਂ ਕੱਪੜੇ ਸਵੇਰੇ ਵੀ ਨਹੀਂ ਧੋਤੇ, ਹਰਸ਼ਪ੍ਰੀਤ ਹੈ ਨਹੀਂ ਦੀ, ਮੈਨੂੰ ਝਾੜੂ ਪੋਚੇ ਦਾ ਹੋ ਗਿਆ। ਦੇਖੋ ਜੀ, ਇੱਧਰ ਮੱਝਾਂ ਆਪਣੀਆਂ ਬੈਠੀਆਂ ਨੇ, ਇਹਨਾਂ ਨੂੰ ਨਵਾਉਣਾ ਹੈ ਜੀ। ਆਹ ਮੱਝ ਤਾਂ ਪਹਿਲਾਂ ਇੱਥੇ ਹੀ ਹੁੰਦੀ ਹੈ ਦਿਨੇ, ਹੈ ਨਾ, ਹੁਣ ਉੱਧਰ ਬੰਨਣ ਨੂੰ ਹਟ ਗਏ, ਇਹਨੂੰ ਉੱਧਰ ਕੁੱਤੇ ਬਿੱਲੇ ਜੇ ਫਿਰਦੇ ਹੁੰਦੇ ਨੇ, ਇਹ ਤਾਂ ਦਿਨੇ ਰੱਜ ਲੈਂਦੀ ਹੈ। ਹੁਣ ਆਹ ਮੱਝ ਤਾਂ ਸੌਖੀ ਹੋ ਗਈ, ਹੁਣ ਦੇਖੋ ਆਹ ਵਿਚਾਰੀ ਗਰਮੀ 'ਚ ਕਿੰਨੀ ਔਖੀ ਹੋ ਰਹੀ ਹੈ, ਹੌਂ ਕਰੀ ਹੈ, ਅਤੇ ਇਹਨੂੰ ਨਵਾਵਾਂਗੇ ਆਪਾਂ। ਆਹ ਦੇਖੋ ਸਾਡੀ ਵੀਰਾਂ ਭੈਣ, ਇਹਨੂੰ ਨਾ ਜਦੋਂ ਅਸੀਂ ਨਵਾਉਣ ਲੱਗ ਜਾਂਦੇ ਹਾਂ ਅਤੇ ਉੱਥੇ ਬਹਿ ਜਾਂਦੀ ਹੈ ਆਰਾਮ ਨਾਲ, ਇਹਨੂੰ ਐਂ ਹੁੰਦਾ ਵੀ ਮੈਂ ਇੱਥੇ ਬੈਠੀ ਰਹਾਂ, ਘੰਟਾ ਘੰਟਾ ਪਾਣੀ ਪਵਾਈ ਜਾਂਦੀ ਹੈ। ਇਹ ਇੰਨਾ ਜ਼ਿਆਦਾ ਹੌਂਕਦੀ ਕਿਉਂ ਸੀ ਜੀ? ਅਸੀਂ ਕੱਲ੍ਹ ਇਹਨੂੰ ਬੁਖਾਰ ਸੀਗਾ, ਬੁਖਾਰ ਚੈੱਕ ਕਰਾਇਆ, ਅੱਜ ਠੀਕ ਹੈ, ਅੱਜ ਨਹੀਂ, ਅੱਜ ਨੋਰਮਲ ਬੈਠੀ ਹੈ। ਹੁਣ ਇਹਦੀਆਂ ਅੱਖਾਂ ਜੀਆਂ ਖੁੱਲ੍ਹੀਆਂ, 2 ਦਿਨ ਤਾਂ ਬਾਹਲੀ ਅਸੀਂ ਤਾਂ ਗਰਮੀ ਦੇ ਚੱਕਰ 'ਚ ਹੀ ਰਹਿ ਗਏ, ਇਹਨੂੰ ਵਿਚਾਰੀ ਨੂੰ ਬੁਖਾਰ ਸੀਗਾ। ਦੇਖੋ, ਹਾਂ ਬਈ, ਕੈਸੇ ਹੋ? ਸੈਫੀ ਆਪਣਾ ਏ ਸੀ ਵਾਲੇ ਕਮਰੇ 'ਚ ਬੈਠਾ। ਦੇਖੋ ਨਾਲੇ ਬੱਦਲ ਇੰਨਾ ਹੋਇਆ ਪਿਆ, ਕੋਈ ਐਂ ਨਹੀਂ ਲੱਗਦਾ, ਨਾਲੇ ਮੀਂਹ ਹਵਾ ਚੱਲੀ ਜਾਂਦੀ ਹੈ। ਦੇਖੋ ਜੀ, ਹੁਣ ਮੈਂ ਸਪ੍ਰੀਤ ਨੂੰ ਕੱਪੜੇ ਲਾ ਕੇ ਦੇ ਕੇ ਆਉਂਦੀ, ਉਹ ਟਾਈਮ ਮਾਰ ਦੂਗੀ। ਅਤੇ ਚਲੋ ਜੀ, ਹੁਣ ਮੈਂ ਭਾਂਡੇ ਮਾਂਜਦੀ ਹਾਂ, ਫਿਰ ਮਿਲਦੇ ਹਾਂ ਆਪਾਂ। ਚਲੋ ਜੀ, ਸ਼ਾਮ ਦੇ 8 ਵੱਜ ਗਏ ਹੁਣ, ਅਤੇ ਮੈਂ ਰੋਟੀ ਬਣਾ ਤੀ, ਆਪਾਂ ਨੇ ਰਸੋਈ ਕਰਤੀ ਸਾਫ਼, ਅਤੇ ਭਾਂਡੇ ਹਜੇ ਹਰਸ਼ਪ੍ਰੀਤ ਰੋਟੀ ਖਾ ਰਹੀ ਹੈ, ਅਸੀਂ ਸਾਰਿਆਂ ਨੇ ਖਾਣੀ ਹੈ। ਹੁਣ ਮੈਂ ਨਹਾ ਕੇ ਆਉਂਦੀ ਹਾਂ, ਫਿਰ ਰੋਟੀ ਖਾਵਾਂਗੇ ਅਸੀਂ ਸਰਦਾਰ ਜੀ ਖੇਤ ਵਾਗੇ ਅਨੁਸਾਰ। ਮੈਂ ਨਾ ਸਵੇਰ ਤੋਂ ਲੈ ਕੇ ਸ਼ਾਮ ਨੂੰ ਪੈਣ ਵੇਲੇ ਤੱਕ ਰਸੋਈ 4 ਵਾਰ ਸਾਫ਼ ਕਰ ਦਿੰਦੀ ਹਾਂ, ਨੀਚੇ ਵਾਲੀ ਸੈਲਫ, ਉੱਪਰ ਵਾਲੀ 'ਤੇ ਕੇਰਾਂ ਸਵੇਰੇ, ਨੀਚੇ ਉੱਪਰ ਵਾਲੀ 'ਤੇ ਸਵੇਰੇ ਸਾਰੀ 'ਤੇ ਲੀਰ ਮਿਆਰ ਕੇ ਸਾਫ਼ ਕਰ ਦਿੰਦੇ ਹਾਂ। ਇਹ ਮੈਂ ਸਵੇਰੇ ਪਹਿਲਾਂ ਉੱਠਦੀ ਹਾਂ, ਜਦੋਂ ਜਿਹੜੇ ਰਾਤ ਨੂੰ ਪਾਣੀ ਪੂਣੀ ਵਾਲੇ ਸਵੇਰੇ ਪਹਿਲੀ ਵਾਰ ਦੀ ਚਾਹ ਪੀਂਦੀ ਹਾਂ, ਉਹ ਭਾਂਡੇ ਹੁੰਦੇ ਨੇ ਉਹ ਸਾਫ਼ ਕਰਕੇ ਉਦੋਂ ਸਾਰੀ ਕਾਣਸ 'ਤੇ ਸਾਫ਼ ਕਰੂੰਗੀ। ਫਿਰ ਮੈਂ ਰੋਟੀ ਬਣਾ ਕੇ ਸਾਫ਼ ਕਰੂੰਗੀ ਜੀ, ਫਿਰ ਮੈਂ ਦੁਪਹਿਰੇ 4 ਵਜੇ, ਦੁਪਹਿਰੇ ਵੀ ਕਦੇ ਰੋਟੀ ਬਣਾਉਣੀ ਪੈ ਜਾਂਦੀ ਹੈ, 1-2 ਜਣੇ ਨੇ ਤਾਂ ਖਾਣੀ ਖਾਣੀ ਹੁੰਦੀ ਹੈ, ਅਤੇ ਉਦੋਂ ਖਿਲਰ ਜਾਂਦਾ ਆਟਾ ਉੱਟਾ। ਫਿਰ ਮੈਂ ਜਦੋਂ 4 ਵਜੇ ਬਰਤਨ ਸਾਫ਼ ਕਰਦੀ ਹਾਂ, ਭਾਂਡੇ ਆਪਣੇ ਚਾਹ ਦੁਪਹਿਰ ਵਾਲੇ, ਉਦੋਂ ਸਾਫ਼ ਕਰੂੰਗੀ। ਹੁਣ ਫਿਰ ਮੈਂ ਕਿਹਾ ਰੋਟੀ ਬਣਾ ਕੇ ਸਾਰੀ ਰਸੋਈ ਸਾਫ਼ ਕਰਤੀ, ਕਰਕੇ ਨੂੰ ਫਿਰ ਇਹ ਭਰੀ ਹੋਊਗੀ, ਪਾਣੀ ਪੀ ਲਿਆ ਗਲਾਸ ਭਰ ਗਏ, ਐਂ ਕਰੀ ਜਾਂਦੇ ਨੇ। ਬਹੁਤ ਗਰਮੀ ਜੀ ਕਹਾਉਂਦੇ ਨੇ, ਦੇਖੋ ਜੀ ਬਾਹਰੇ ਹਵਾ ਚੱਲ ਰਹੀ ਹੈ, ਮੌਸਮ ਹੋ ਗਿਆ ਠੰਡਾ, ਮਸਾਂ ਮਾੜੀ ਜੀ ਸ਼ਾਂਤੀ ਆਈ ਹੈ ਸ਼ਾਂ ਜੀ। ਅੱਜ ਮੈਨੂੰ ਗਰਮੀ ਘੱਟ ਤੀ, ਅੱਜ ਮੈਂ ਰੋਟੀ ਲੇਟ ਕਰ ਲਈ, ਬੈਠੀ ਫੋਨ ਦੇਖੀ ਗਈ। ਦੇਖੋ ਜੀ ਕਿੰਨਾ ਸੋਹਣਾ ਰੈੱਡ ਰੈੱਡ ਮੌਸਮ ਹੋ ਰਿਹਾ, ਠੰਡੀ ਠੰਡੀ ਹਵਾ ਆਉਂਦੀ ਹੈ, ਅਤੇ ਚਲੋ ਥੋੜ੍ਹੀ ਜਿਹੀ ਗਰਮੀ ਤੋਂ ਰਾਹਤ ਮਿਲੀ। ਆਹ ਦੇਖੋ ਇੱਧਰ ਸਾਡੀ ਵੀਰਾਂ ਭੈਣ ਮੱਛਰਦਾਨੀ 'ਚ ਖੜੀ, ਇਹ ਪਹਿਲਾਂ ਬੁਖਾਰ ਨੇ ਬੋਲੀ ਕਰ ਰੱਖੀ ਤੀ, ਹੁਣ ਇਹਨੂੰ ਸੁਰਤ ਆ ਗਈ। ਹਾਂ ਬਈ, ਕੀ ਹੋ ਗਿਆ ਹੁਣ? ਹੁਣ ਇਹਨੂੰ ਐਂ ਉੱਠ ਉੱਠ ਕੇ ਦੁੱਧ ਚੁੰਗਾ, ਮੈਂ ਆਪਣੀ ਮਾਂ ਨਾਲ ਹੀ ਖਹੀ ਜਾਂਦੀ ਹੈ ਲੈ।
ਇੱਥੇ ਨਾ ਇਹ ਪੱਖੇ ਦੀ ਨੂੰ ਹਵਾ ਵੱਧ ਹੁੰਦੀ, ਅਸੀਂ ਇੱਕ ਦਿਨ ਉਰੇ ਬੰਨ ਤੀ, ਉਰੇ ਵਿਚਾਰੀ ਸਾਰੀ ਰਾਤ ਕੁਛ ਮੱਛਰਦਾਨੀ ਪੱਟ ਜਾਂਦੀ ਹੈ ਇਹ। ਇੱਧਰ ਆਪਣੀਆਂ ਸਾਰੀਆਂ ਮੱਝਾਂ ਖੜੀਆਂ ਨੇ, ਦੇਖੋ ਜੀ ਮੱਛਰਦਾਨੀ ਲਗਾ ਤੀ। ਸੈਫੀ ਬੈਠਾ ਸਰਦਾਰ ਜੀ ਦੀ ਵੇਟ ਦੇ ਵਿੱਚ, ਜਦੋਂ ਆਊਗਾ ਫਿਰ ਇਹ ਅੰਦਰ ਜਾਊਗਾ। ਇਹਨੇ ਖੇਤ ਜਾਣਾ ਦੀ, ਇਹਦੇ ਨਾਲ ਉਹ ਲੈ ਕੇ ਨਹੀਂ ਗਿਆ, ਪਤਾ ਲਿਬੜ ਕੇ ਆ ਜਾਂਦਾ ਫਿਰ ਵੱਟਾਂ ਦੇ, ਹੁਣ ਪਾਣੀ ਗਿੱਲਾ। ਦੇਖੋ ਜੀ ਹੁਣ ਮੈਂ ਕੱਪੜੇ ਧੋਤੇ ਹੋਏ ਨੇ, ਹੁਣ ਮੇਰਾ ਖਿਆਲ ਸਾਨੂੰ ਅੰਦਰ ਪਾਉਣੇ ਪੈਣਗੇ, ਰਾਤ ਨੂੰ ਉੱਠਿਆ ਨਹੀਂ ਜਾਣਾ। ਹੁਣ ਦੇਖੋ ਜੀ ਰਾਤ ਨੂੰ, ਹੁਣ ਸਾਰੇ ਬੱਚੇ ਅੰਦਰ ਏ ਸੀ ਅਤੇ ਮੈਂ ਬਾਹਰ ਫਿਰਦੀ ਹਾਂ ਇਕੱਲੀ। ਹੁਣ ਮੈਂ ਨਹਾ ਕੇ ਸਾਰੇ ਆਹ ਮੰਜੇ ਮੁੰਜੇ ਚੱਕ ਕੇ ਕੱਪੜੇ ਅੰਦਰ ਪਾ ਕੇ, ਹਾਏ ਹਾਏ ਉਰੇ ਜੇ ਤਾਂ ਬਹੁਤ ਵਧੀਆ ਹਵਾ ਆਉਂਦੀ ਹੈ। ਅਤੇ ਹੁਣ ਮੈਂ ਨਹਾ ਕੇ ਫਿਰ ਰੋਟੀ ਖਾਊਂਗੀ, ਸਰਦਾਰ ਜੀ ਆਉਣਗੇ ਜਦੋਂ ਫਿਰ ਖਾ ਲੈਣਗੇ। ਚਲੋ ਜੀ ਹੁਣ ਆਪਾਂ ਰੋਟੀ ਨਹਾ ਕੇ ਰੋਟੀ ਖਾ ਕੇ ਰਾਤ ਨੂੰ ਸੌਂਦੇ ਹਾਂ, ਜਿਹੜਾ ਰਹਿ ਗਿਆ ਵਲੋਗ ਉਹ ਆਪਾਂ ਸਵੇਰੇ ਵਲੋਗ ਬਣਾਵਾਂਗੇ। ਅਤੇ ਮੈਂ ਅੱਜ ਪਹਿਲੀ ਵਾਰ ਰਾਜਮਾਂਹਾਂ ਦੀ ਦਾਲ ਸਬਜ਼ੀ ਦਾਲ ਬਣਾਈ ਅਸੀਂ, ਅਤੇ ਮੈਂ ਵੀ ਇਹਦੇ ਵਿੱਚ ਕੰਮ ਪੁੱਠਾ ਕਰਤਾ ਜੀ। ਪਤਾ ਮੈਂ ਜਦੋਂ ਸਵੇਰੇ ਰਾਜਮਾਂਹ ਭਿਉਂਤੇ ਮੈਂ ਉਹਦੇ ਵਿੱਚ ਲੂਣ ਪਾਤਾ ਇੱਕ ਚਮਚਾ, ਉਹ ਅਸੀਂ ਇੱਦਾਂ ਹੀ ਰਿੱਝਣੇ ਘਰ 'ਤੇ ਚੁੱਲ੍ਹੇ 'ਤੇ। ਮੈਂ ਜਦੋਂ ਮਸਾਲਾ ਤਿਆਰ ਕਰਿਆ ਮੈਂ ਮੇਰੇ ਯਾਦ ਨਹੀਂ ਰਿਹਾ ਸ਼ਾਮ ਨੂੰ ਮੈਂ ਦੁਬਾਰਾ ਫਿਰ ਲੂਣ ਪਾ ਲਿਆ। ਹੁਣ ਨਾ ਸਾਡੀ ਦਾਲ ਦੇ ਵਿੱਚ ਥੋੜ੍ਹਾ ਜਿਹਾ ਲੂਣ ਜ਼ਿਆਦਾ ਹੋ ਗਿਆ, ਬਾਕੀ ਇੰਨਾ ਕਾ ਵੀ ਹੁਣ ਸਰਦਾਰ ਜੀ ਦਾ BP ਵੱਧ ਹੈ, ਮੇਰਾ ਤਾਂ ਘੱਟਦਾ ਹੀ ਹੈ। ਉਹਨਾਂ ਨੂੰ ਗੋਲੀ ਦੇਖਾਂਗੇ, ਹੁਣ ਤਾਂ ਸਵੇਰੇ ਉਹ ਤਾਂ ਡੇਲੀ ਵੀ ਲੈਂਦੇ ਨੇ ਜੀ ਗੋਲੀ, ਇੱਕ ਰੋਟੀ ਤੋਂ ਬਾਅਦ ਸਵੇਰੇ ਖਾਣੀ ਉਹਨਾਂ ਨੇ, ਸ਼ਾਮ ਨੂੰ ਨਹੀਂ ਲੈਂਦੇ। ਅਤੇ ਚਲੋ ਹੁਣ ਤਾਂ ਸਵੇਰੇ ਗੋਲੀ ਲੈ ਕੇ ਗਏ ਸੀਗੇ, ਸਵੇਰੇ ਫਿਰ ਯਾਦ ਕਰਾ ਦਾਂਗੇ, ਕਈ ਵਾਰ ਇੱਕ ਅੱਧੀ ਵਾਰ ਭੁੱਲ ਜਾਂਦੇ ਨੇ ਨਾ ਫਿਰ ਔਖਾ ਹੋ ਜਾਂਦਾ। ਚਲੋ ਜੀ ਹੁਣ ਮੈਂ ਨਹਾ ਕੇ ਰੋਟੀ ਖਾਂਦੇ, ਹੁਣ ਆਪਾਂ ਸੌਵਾਂਗੇ, ਸਵੇਰੇ ਉੱਠ ਕੇ ਤੁਹਾਡੇ ਨਾਲ ਬਲੌਗ ਜਿਹੜਾ ਰਹਿ ਗਿਆ ਉਹਨੂੰ ਸ਼ੇਅਰ ਕਰਾਂਗੇ ਅਤੇ 8 ਵਜੇ ਆਪਾਂ ਬਲੌਗ ਨੂੰ ਅਪਲੋਡ ਕਰਾਂਗੇ ਜੀ। ਅਤੇ ਜਿਹੜੀਆਂ ਮੇਰੀਆਂ ਭੈਣਾਂ ਨਾ ਗੁੱਸੇ ਹੁੰਦੀਆਂ ਨੇ ਮੇਰੇ ਨਾਲ ਵੀ, ਤੁਸੀਂ ਉਹਨਾਂ ਨੇ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਸੀ ਵੀ ਸਾਡੇ ਬੱਚੇ ਦਾ ਨਾਮ ਬੋਲ ਦਿਉ, ਇੱਕ ਦੀਦੀ ਨੇ ਆਪਦਾ ਬੋਲਣ ਨੂੰ ਕਹਿੰਦੀ, ਭਰਾ ਉਦੋਂ ਮੈਂ 2-3 ਦਿਨ ਮੇਰੇ ਯਾਦ ਰਿਹਾ ਵੀ ਮੈਂ ਬੋਲਣਾ, ਉਦੋਂ ਬਾਅਦ ਬਸ ਮੇਰਾ ਵੀ ਕੁਛ ਤਾਂ ਲੱਤ ਦੀ ਪ੍ਰੋਬਲਮ ਕਰਕੇ ਧਿਆਨ ਨਿਕਲ ਗਿਆ। ਕੋਈ ਗੱਲ ਨਹੀਂ ਭੈਣ, ਜੇ ਤੁਹਾਨੂੰ ਇੰਨਾ ਗੁੱਸਾ ਭੈਣੇ ਗੁੱਸੇ ਨਾ ਹੋ, ਹੁਣ ਮੈਨੂੰ ਤੇਰਾ ਕਮੈਂਟ ਨਹੀਂ ਲੱਭਿਆ ਵੀ ਤੁਹਾਡਾ ਨਾਮ ਕੀ ਹੈ, ਅਤੇ ਤੁਸੀਂ ਮੈਨੂੰ ਅਗਰ ਵੀਡੀਓ ਦੇ ਇਹਦੇ ਵੀਡੀਓ ਦੇ ਨੀਚੇ ਦੱਸ ਦਿਓ ਤਾਂ ਮੈਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਡਾ ਨਾਮ ਜ਼ਰੂਰ ਬੋਲ ਦੂੰਗੀ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਪਰ ਮੈਨੂੰ ਐਂ ਜੇ ਲੱਗਦਾ ਵੀ ਹੈ ਨਾ, ਮੈਨੂੰ ਲੋਕ ਐਂ ਕਹਿਣਗੇ ਲੈ ਹੁਣ ਇਹਨੇ ਨਵਾਂ ਕੰਮ ਸੇੜ ਲਿਆ, ਪਰ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਪਿਆਰ ਕਰਦੀਆਂ ਨੇ ਉਹਨਾਂ ਨੂੰ ਇੰਨਾ ਆਇਆ ਵੀ ਮੈਂ ਸਾਡੇ ਨਾਮ ਬੋਲਣ। ਕੋਈ ਗੱਲ ਨਹੀਂ, ਤੁਸੀਂ ਜ਼ਰੂਰ ਮੈਨੂੰ ਮੈਸੇਜ ਦੇ ਜਾਂ ਕਮੈਂਟਾਂ ਵਿੱਚ ਦੱਸ ਦਿਆ ਕਰੋ, ਮੈਂ ਬੋਲ ਦਿਆ ਕਰੂੰਗੀ। ਕੋਈ ਨਾ ਜੀ, ਤੁਹਾਡੇ ਨਾਲ ਹੀ ਆਪਾਂ ਵੀ, ਗੁੱਸੇ ਨਾ ਹੋਵੋ ਭੈਣ। ਚਲੋ ਜੀ ਸਵੇਰ ਦੇ ਵੱਜ ਗਏ ਨੇ 6:45, ਮੈਂ ਉੱਠੀ ਸੀ 4:30, ਅਤੇ ਆਪਾਂ ਨੇ ਅੱਜ ਜਾਣਾ ਜੀ ਲੱਤ ਦਿਖਾਉਣ ਮੈਡੀਸਨ ਵਾਲੇ ਕੋਲ, ਅਤੇ ਹਜੇ ਮੈਂ ਨਹਾਉਣਾ ਹੈ, ਮੱਝਾਂ ਨਹਾਉਣ ਵਾਲੀਆਂ ਰਹਿ ਗਈਆਂ, ਬਾਕੀ ਕੰਮ ਸਾਰਾ ਆਪਾਂ ਨੇ ਕਰਤਾ, ਵਿਹੜਾ ਸੁੰਬਰਤਾ, ਮੈਂ ਧਾਰ ਕੱਢਤੀ ਕੱਖ ਪਾਤੇ 2 ਵਾਰ। ਇੱਧਰੋਂ ਦੇਖੋ ਜੀ ਮੈਂ ਰਾਤ ਵੀ ਤੁਹਾਨੂੰ ਦੱਸਿਆ ਸੀ, ਮੈਂ ਦੇਖੋ ਹੁਣ ਫਿਰ ਸਵੇਰੇ 6 ਵੱਜ ਗਏ, ਸਾਰਾ ਇੱਕੋ ਇੱਕ ਭਾਂਡਾ ਮਾਂਜਤਾ, ਫਿਰ ਰਸੋਈ ਸਾਫ਼ ਕਰਨ ਵਾਲੀ ਹੈ ਬਸ, ਇੱਥੇ ਉਹ ਕਰਨੀ ਹੈ, ਫਿਰ ਮੈਂ ਆਟਾ ਗੁੰਨ ਦੂੰਗੀ, ਹਸਪ੍ਰੀਤ ਰੋਟੀ ਬਾਅਦ 'ਚੋਂ ਬਣਾ ਲੂੰਗੀ, ਮੈਂ ਜਾਣਾ ਸਰਦਾਰ ਜੀ ਨਾਲ, ਉਹ ਕੱਖ ਲੈਣ ਗਏ ਹੋਏ ਨੇ। ਆਪਣੇ ਬੱਚੇ ਹਜੇ ਸੁੱਤੇ ਪਏ ਨੇ, ਇਹ ਹਜੇ ਸੁੱਤੇ ਪਏ ਨੇ, ਇਹ ਉੱਠਣਗੇ ਜੀ, ਪਿੰਦਰ ਉੱਠਣ ਵਾਲਾ ਬਸ, 6:15 ਕਿਸੇ ਉੱਠ ਖੜਦਾ ਜੀ, 8:45 ਮੈਂ ਨਾਉਂਦੀ ਹੁੰਦੀ ਆ। ਦੇਖੋ ਜੀ ਇੱਧਰ ਆਪਾਂ ਮੱਛਰਦਾਨੀ ਚੱਕਤੀ, ਧੂੰਆਂ ਕਰਕੇ ਕੇਰਾ ਮੱਛਰ ਕੱਢਦੇ ਨੇ ਉਹਨੇ ਜਦੋਂ ਸਵੇਰੇ ਮੱਛਰ ਜ਼ਿਆਦਾ ਹੁੰਦਾ। ਹਾਂ ਦੇਖੋ ਆਪਣੀ ਵੀਰਾਂ ਭੈਣ ਦੁੱਧ ਚੁੰਘ ਕੇ ਬਹਿ ਗਈ, ਹੁਣ ਇਹ ਆਰਾਮ ਨਾਲ, ਹੁਣ ਇਹ ਉੱਥੇ ਨਹਾਊਗੀ ਉੱਥੇ ਵੀ ਬਹਿ ਜੂਗੀ, ਇਹਨੂੰ ਇੰਨਾ ਪਾਣੀ ਦੇ ਵਿੱਚ ਮਸਤ ਰਹਿੰਦੀ ਹੈ ਇਹ। ਅਤੇ ਚਲੋ ਜੀ ਕੱਪੜੇ ਆਪਾਂ ਸ਼ਾਮ ਨੂੰ ਧੋਤੇ ਸੀ, ਬੇੜਾ ਮੈਂ ਸੁੰਦਰ ਤਾਂ ਇੱਧਰੋਂ ਰਹਿ ਗਿਆ, ਇਹ ਹਸਪ੍ਰੀਤ ਦੀ ਜ਼ਿੰਮੇਵਾਰੀ ਹੈ, ਆਪ ਹੀ ਕਰੂਗੀ। ਅਤੇ ਹੁਣ 2 ਦਿਨ ਹੋ ਗਏ ਗਰਮੀ ਨਾਲ ਬਹੁਤ ਔਖੇ ਪਤੇ, ਹੁਣ ਮੈਂ ਸਿਰ ਨਹਾਉਂਦੀ ਹਾਂ, ਫਿਰ ਇੰਨੇ ਸਰਦਾਰ ਜੀ ਆ ਜਾਣਗੇ, ਮੱਝਾਂ ਨਹਾ ਕੇ ਬੰਨ੍ਹਾਂਗੇ।
ਰਾਤ ਤਾਂ ਐਂ ਸੀਗਾ ਵੀ ਮੌਸਮ ਠੰਡਾ ਹੋ ਗਿਆ, ਮੀਂਹ ਆਊਗਾ, ਪਰ ਫਿਰ ਵੀ ਹਵਾ ਹੁਵਾ ਨਾਲ ਪਤਾ ਨਹੀਂ ਕਿੱਧਰ ਵੱਗ ਗਿਆ। ਬਹੁਤ ਬੁਰਾ ਹਾਲ ਹੈ ਸਵੇਰੇ ਸਵੇਰੇ ਕੰਮ ਕਰਨਾ। ਚਲੋ ਜੀ, ਮੈਂ ਨਾ ਰਾਤ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਮੇਰੀਆਂ ਭੈਣਾਂ ਗੁੱਸੇ ਹੁੰਦੀਆਂ ਨੇ ਵੀ ਸਾਡਾ ਨਾਂ ਨਹੀਂ ਬੋਲਿਆ। ਇੱਕ ਦੋ ਭੈਣਾਂ ਨੇ ਮੈਨੂੰ ਪਹਿਲਾਂ ਕਮੈਂਟ ਵੀ ਕੀਤੇ ਸੀ, ਮੇਰੇ ਧਿਆਨ 'ਚ ਤੀ, ਪਰ ਇੱਕੋ ਟਾਈਮ ਹੈ ਨਾ ਉਦੋਂ ਬਸ ਭੁੱਲ ਜੇ ਗਈ, ਮੈਂ ਯਾਦ ਨਹੀਂ ਰਿਹਾ। ਅਤੇ ਜਦੋਂ ਉਹਨਾਂ ਦਾ ਕਮੈਂਟ ਆਉਂਦਾ ਮੈਨੂੰ ਉਦੋਂ ਯਾਦ ਆਉਂਦਾ ਵੀ ਹਾਂ ਭੈਣਾਂ ਦਾ ਮੈਸੇਜ ਆਇਆ ਸੀਗਾ। ਕੋਈ ਗੱਲ ਨਹੀਂ ਜੀ, ਅੱਜ ਵਾਲੀ ਵੀਡੀਓ ਦੇਖ ਕੇ ਤੁਸੀਂ ਜਿਨ੍ਹਾਂ ਨੇ ਆਪਣੇ ਨਾਂ ਬੁਲਵਾਉਣੇ ਨੇ ਜੀ, ਤੁਸੀਂ ਅੱਜ ਵਾਲੀ ਵੀਡੀਓ 'ਚ ਨੀਚੇ ਕਮੈਂਟ ਕਰ ਦਿਓ ਜੀ, ਆਪਣਾ ਨਾਂ ਦੱਸ ਦਿਓ। ਜੇ ਤੁਸੀਂ ਪਿੰਡ ਵਗੈਰਾ ਦੱਸਣਾ ਹੋਊਗੀ ਤਾਂ ਕਮੈਂਟ ਦੇ ਵਿੱਚ ਲਿਖ ਦਿਓ, ਤਾਂ ਆਪਾਂ ਜਿਹੜੀ ਕੱਲ੍ਹ ਨੂੰ ਵੀਡੀਓ ਪਾਵਾਂਗੇ ਜੀ ਉਹਦੇ ਵਿੱਚ ਮੈਂ ਜ਼ਰੂਰ ਬੋਲੂੰਗੀ, ਤੁਸੀਂ ਗੁੱਸੇ ਨਾ ਹੋਇਓ। ਸੌਰੀ ਮੰਗਦੀ ਹਾਂ ਜੀ ਮੈਂ ਸੋ ਤੋਂ, ਇਸ ਕਰਕੇ ਥੋੜ੍ਹਾ ਜਿਹਾ ਤੁਹਾਨੂੰ ਵੀ ਪਤਾ ਵੀ ਮੇਰਾ ਕੰਮ ਬਿਜ਼ੀ ਚੱਲ ਰਿਹਾ ਅਤੇ ਮੈਂ ਥੋੜ੍ਹਾ ਜਿਹਾ ਪ੍ਰੋਬਲਮ ਜੀ ਕਰਕੇ ਆਊਂ, ਤਾਂ ਮੈਂ ਕੋਈ ਚੱਕਰ ਨਹੀਂ ਜੀ, ਆਪਾਂ ਚੱਲ ਔਖਾ ਸੌਖਾ ਵਿੱਚ ਵੀ ਕੰਮ ਨਿਬੇੜ ਹੀ ਦਿੰਦੇ ਹੁੰਦੇ ਹਾਂ। ਚਲੋ ਜੀ, ਹੁਣ ਮੈਂ ਇੱਥੇ ਕੂਲਰ ਮੂਹਰੇ ਖੜੀ ਅਤੇ ਭਾਂਡੇ ਮਾਂਜ ਕੇ ਜੀ, ਅੰਦਰੋਂ ਗਰਮੀ ਆ ਗਈ ਅਤੇ ਹੁਣ ਸਰਦਾਰ ਜੀ ਆਉਣ ਵਾਲੇ ਨੇ, ਉਹ ਕਟੋਕਾ ਕਰ ਦੇਣਗੇ, ਕਿਉਂ ਫਿਰ ਬਾਅਦ ਵਿੱਚ ਆ ਕੇ ਜੇ ਅਸੀਂ ਲੇਟ ਹੋ ਗਏ, ਉਹਨਾਂ ਨੇ ਜਾਣਾ ਵੀ ਹੁੰਦਾ ਤਾਂ ਕਰਕੇ ਟਾਈਮ ਨਹੀਂ ਲੱਗਦਾ। ਚਲੋ ਜੀ, ਹੁਣ ਆਪਾਂ ਚੱਲਦੇ ਹਾਂ ਦਵਾਈ ਲੈਣ, ਕੰਮ ਸਵੇਰੇ ਸਵੇਰੇ ਕਰਕੇ ਪਤਾ ਹੀ ਹੁੰਦਾ ਇਕੱਲੇ ਬੰਦੇ ਨੂੰ ਵੀ ਸੁਨੇਹਾ ਸੁਨੇਹਾ ਮੁੜੇ ਹੀ ਇੱਕ ਘੰਟੇ ਦੇ ਵਿੱਚ ਕੰਮ ਕਰਕੇ, ਉਦੋਂ ਬਾਅਦ ਨਾਲੇ ਦਿਨ 'ਚ ਗਰਮੀ ਹੋ ਜਾਂਦੀ ਆ। ਬਾਕੀ ਉਹਨਾਂ ਦੀ ਟਾਈਮਿੰਗ ਹੀ ਜੇ ਸੁਨੇਹਾ ਦੀ ਹੈ ਜੀ, ਅਤੇ ਉਹਨਾਂ ਨੇ 8 ਵਜੇ ਤੱਕ ਕਿਹਾ ਸੀ ਸਾਨੂੰ, ਬਾਅਦ 'ਚੋਂ ਅਗਲੇ ਦੇ ਵੀ ਕੰਮ ਹੁੰਦੇ ਨੇ ਹੈ ਨਾ। ਦੇਖਦੇ ਹਾਂ ਟਰਾਈ ਕਰਕੇ ਜੇ ਉੱਥੋਂ ਠੀਕ ਹੋਊਗਾ, ਪਰਮਾਤਮਾ ਕਰੇ ਠੀਕ ਹੀ ਹੋ ਜੇ, ਬਹੁਤ ਪਕਾਈ ਕਰ ਲਈ। ਚਲੋ ਜੀ, ਅੱਜ ਵਾਲੀ ਵੀਡੀਓ ਦਾ ਐਂਡ ਇੱਥੇ, ਮਿਲਦੇ ਹਾਂ ਨਵੇਂ ਵਲੌਗ ਦੇ ਨਾਲ। ਤੁਸੀਂ ਵਲੌਗ ਨੂੰ ਇੰਜੋਏ ਕਰੋ ਜੀ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ, ਅੱਗੇ ਸ਼ੇਅਰ ਕਰ ਦਿਆ ਕਰੋ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ।